ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼। ਜਿਉਂ-ਜਿਉਂ ਕਾਂਗਰਸ ਉਮੀਦਵਾਰਾਂ ਦਾ ਐਲਾਨ ਕਰ ਰਹੀ ਹੈ, ਤਿਉਂ-ਤਿਉਂ ਕਾਂਗਰਸ ਦੇ ਵਿੱਚ ਬਗਾਵਤ ਉੱਠਦੀ ਜਾ ਰਹੀ ਹੈ। ਹੁਣ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਕਾਂਗਰਸ ਦੇ ਬੁਲਾਰੇ ਗੁਰਵਿੰਦਰ ਸਿੰਘ ਬਾਲੀ ਨੇ ਆਪਣੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਮੈਂ ਆਪਣੇ ਸਭੀ ਜਿਹੜੇ ਪਦਿਆ ਕੇ ਉਹਨਾਂ ਤੋਂ ਅਸਤੀਫਾ ਦੇਣਾ, ਸਪੋਕਸਮੈਨ ਐਟ ਗਵਰਨਮੈਂਟ ਐਂਡ ਪੰਜਾਬ ਕਾਂਗਰਸ ਤੋਂ ਮੈਂ ਅਸਤੀਫਾ ਦੇਣਾ ਹੈਗਾ ਜੀ। ਮੈਂ ਮੀਡੀਆ ਕਮੇਟੀ ਤੋਂ ਵੀ ਅਸਤੀਫਾ ਦੇਣਾ, ਸੈਕਟਰੀਸ਼ਿਪ ਤੋਂ ਵੀ ਅਸਤੀਫਾ ਦੇ ਰਿਹਾ ਹੈਗਾ। ਨਾਰਾਜ਼ਗੀ ਮੇਰੀ ਸਿੱਧਾ ਸਿੱਧਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੈਗਾ। ਜੋ ਇਹਨਾਂ ਨੇ ਝੂਠ ਬੋਲਿਆ ਹੈਗਾ ਪੰਜਾਬ ਦੇ ਵਿੱਚ, ਸਾਡਾ ਮਨ ਨਹੀਂ ਸੀ ਕਰਦਾ ਹੈਗਾ ਕਿ ਅਸੀਂ ਅਹੁਦੇ 'ਤੇ ਰਹਿ ਕੇ ਅਤੇ ਅਸੀਂ ਇਹੋ ਜਿਹੀ ਗੱਲ ਕਰੀਏ। ਅਸੀਂ ਹੁਣ ਅਹੁਦਿਆਂ ਤੋਂ ਮੁਕਤ ਹੋ ਗਏ ਹਾਂ, ਇਸ ਕਰਕੇ ਅਸੀਂ ਅਮਰਿੰਦਰ ਸਿੰਘ ਜੀ ਦੀ ਹਰ ਜਿਹੜਾ ਝੂਠ ਹੈਗਾ ਉਹ ਸਾਹਮਣੇ ਲੈ ਕੇ ਆਵਾਂਗੇ। ਇਹਨਾਂ ਨੇ ਹਾਈਕਮਾਂਡ ਨੂੰ ਵੀ ਝੂਠ ਬੋਲਿਆ ਕਿ ਅਸੀਂ 13 ਸੀਟਾਂ ਜਿੱਤ ਰਹੇ ਹਾਂ ਪੰਜਾਬ ਦੇ ਅੰਦਰ। ਮੈਂ ਹਾਈਕਮਾਂਡ ਨੂੰ ਕਲੀਅਰ ਕਰਤਾ ਕਿ ਅਸੀਂ 13 ਸੀਟਾਂ ਪੰਜਾਬ ਦੇ ਅੰਦਰ ਨਹੀਂ ਜਿੱਤ ਰਹੇ ਹੈਗੇ। ਹਰ ਜਗ੍ਹਾ ਦੇ ਉੱਤੇ ਅਮਰਿੰਦਰ ਸਿੰਘ ਜਿਹੜੇ ਹੈਗੇ ਨੇ ਉਹ ਝੂਠ ਦਾ ਪੁਲਿੰਦਾ ਹੈਗੇ ਨੇ। ਅੱਜ ਉਹ ਸਾਡੇ ਸਾਹਮਣੇ ਆ ਗਿਆ, ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਹੈਗਾ, ਸਾਰੀ ਦੁਨੀਆ ਨੂੰ ਪਤਾ ਲੱਗ ਗਿਆ। ਅਸੀਂ ਸਪੋਕਸਮੈਨੀ ਤੋਂ ਔਰ ਆਪਣੇ ਸਾਰੇ ਅਹੁਦੇ ਤੋਂ ਅਸਤੀਫਾ ਦੇਣੇ ਆ। ਇਹਦੇ ਝੂਠ ਤੋਂ ਅਸੀਂ ਜਿਹੜਾ ਹੈਗਾ ਉਹ ਤੰਗ ਆ ਗਏ ਹਾਂ। ਕਿਸੇ ਵਰਕਰ ਦਾ ਕੋਈ ਵੀ ਕੰਮ 2 ਸਾਲ ਚ ਅਗਰ ਇਹਨੇ ਕੀਤਾ ਹੋਵੇ ਤੇ ਅਸੀਂ ਉਹਦੇ ਦੇਣਦਾਰ ਹੋਵਾਂਗੇ, ਫਿਰ ਤੁਸੀਂ ਸਾਡੀ ਗੱਲ ਨੂੰ ਝੂਠ ਸਮਝ ਲੈਣਾ। ਅੱਜ ਪੰਜਾਬ ਦੇ ਅੰਦਰ ਅਸਥਿਰਤਾ ਫੈਲੀ ਹੋਈ ਹੈ ਔਰ ਜੋ ਇਹਨੇ ਪੰਜਾਬ ਦੇ ਅੰਦਰ ਕੀਤਾ ਹੈਗਾ, ਜੋ ਇਹਨੇ 4-5 ਆਪਣੇ ਲੋਕਾਂ ਨਾਲ, ਕੋਈ ਕਾਂਗਰਸ ਦਾ ਵਰਕਰ ਆਪਣੇ ਨੇੜੇ ਨਹੀਂ ਆਉਣ ਦਿੰਦਾ, ਕਿਸੇ ਨੂੰ ਮਿਲਦਾ ਨਹੀਂ ਹੈਗਾ ਔਰ ਕਿਸੇ ਨਾਲ ਸਿਰਫ ਅਰੂਸਾ, ਹਰ ਕੰਮ ਦੇ ਵਿੱਚ ਅਰੂਸਾ, ਹਰ ਕੰਮ ਦੇ ਵਿੱਚ ਅਰੂਸਾ। ਮੰਤਰੀ ਬਣਨਾ ਅਰੂਸਾ ਨੂੰ ਮਿਲੋ, ਤੇ ਜੇ ਚੇਅਰਮੈਨ ਬਣਨਾ ਅਰੂਸਾ ਨੂੰ ਮਿਲੋ, ਕਿਸੇ ਆਫਿਸਰ ਨੇ ਲੱਗਣਾ ਉਹ ਅਰੂਸਾ ਨੂੰ ਮਿਲੋ। ਅਸੀਂ ਸਰ ਕਟਾ ਸਕਦੇ ਹਾਂ, ਅਸੀਂ ਅਰੂਸਾ ਨੂੰ ਨਹੀਂ ਮਿਲ ਸਕਦੇ। ਅਮਰਿੰਦਰ ਸਿੰਘ ਕੁਛ ਦੇਵੇ ਜਾਂ ਅਮਰਿੰਦਰ ਸਿੰਘ ਕੁਛ ਨਾ ਦੇਵੇ, IAS ਨੂੰ ਚੇਅਰਮੈਨ, PCS ਨੂੰ, OSG ਸਾਰਿਆਂ ਨੂੰ, ਛੋਟੇ ਛੋਟੇ ਮੁੰਡੇ OSD ਇਹਨੇ ਲਾਏ ਹੋਏ ਨੇ, ਕੋਈ ਪੋਲੀਟੀਕਲ ਬੰਦਾ ਜਿਹੜਾ ਹੈਗਾ ਵੇ ਇਹਦੇ CMO ਚ ਨਾ ਜਾਵੇ ਮਿਲਣ ਵਾਸਤੇ ਔਰ ਆਪਣੀ ਇਨਸਲਟ ਸਮਝੇ ਔਰ ਆਪਣੀ ਬੇਇੱਜ਼ਤੀ ਸਮਝੇ। ਇਹ ਕਿਸੇ ਨੂੰ ਨਹੀਂ ਮਿਲਦਾ। ਅੱਜ ਲੋਕਾਂ ਨੂੰ ਕਹਿੰਦਾ ਰੈਲੀ ਦੇ ਵਿੱਚ ਤਕੜੇ ਹੋ ਜਾਓ, ਕਿਸ ਗੱਲ ਤੋਂ ਤਕੜੇ ਹੋ ਜਾਈਏ? ਕੀ ਦਿੱਤਾ ਤੂੰ ਤਕੜੇ ਹੋ ਜਾਈਏ? ਤੁਸੀਂ ਤੇ ਸਾਰਾ ਕੁਝ ਸਮੇਟ ਲਿਆ ਪੰਜਾਬ ਦੇ ਵਿੱਚ, ਤੁਸੀਂ ਤੇ ਸਾਰਾ ਕੁਝ ਪੰਜਾਬ ਦੇ ਵਿੱਚ ਕੱਟ ਲਿਆ, ਤੁਸੀਂ ਤੇ ਵਰਕਰਾਂ ਦੀਆਂ ਟਿਕਟਾਂ ਵੀ ਕਟਾਤੀਆਂ ਤੇ ਤੁਸੀਂ ਕਹਿਤਾ ਹੈਗਾ ਕਿ ਤਕੜੇ ਹੋ ਜਾਓ। ਕਿਸ ਕਰਕੇ ਤਕੜੇ ਹੋਈਏ? 13 ਸੀਟਾਂ ਅਮਰਿੰਦਰ ਸਿੰਘ ਨੂੰ ਨਹੀਂ ਲੈਣ ਦਿੰਦੇ ਪੰਜਾਬ ਦੇ ਵਿੱਚ। ਇਹ ਮੈਸੇਜ ਬਿਲਕੁਲ ਕਲੀਅਰ ਜਾਏਗਾ ਜਿਹੜਾ ਹੈਗਾ ਇਹ ਰਾਹੁਲ ਗਾਂਧੀ ਨੂੰ ਔਰ ਸੋਨੀਆ ਗਾਂਧੀ, ਔਰ ਸੋਨੀਆ ਜੀ ਨੂੰ ਵੀ ਝੂਠ ਬੋਲਦਾ ਔਰ ਰਾਹੁਲ ਗਾਂਧੀ ਨੂੰ ਵੀ ਝੂਠ। ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼।